एक बजुर्ग माता बुढ़ापा पेंशन लैके बैंक विचों बाहर निकली। शहर विच भीड़ काफ़ी सी। राह पार करदी करदी एक तेज़ रफ्तार टैंपू नाल टकरा गई। कुछ लोग उन्हूं चक के हॉस्पिटल लै गए। सिर विच काफ़ी सट लगी सी। हस्पताल विच माता नूं दो दिन तां होश ही नहीं आई। कोई पिछे पता लैण भी नहीं आया। जिहड़े बंदे दाखल करवा के गए सी ਉਹ ਇੰਨੀ ਗੱਲ ਡਾਕਟਰ ਨੂੰ ਕਹਿ ਗਏ ਸੀ ਕਿ ਮਾਤਾ ਲਾਗਲੇ ਪਿੰਡ ਦੀ ਹੈ। ਉਸ ਤੋਂ ਬਾਅਦ ਕੋਈ ਉਹਦੀ ਖਬਰ ਸਾਰ ਲੈਣ ਨਹੀਂ ਆਇਆ। ਤੀਜੇ ਕੁ ਦਿਨ ਮਾਤਾ ਨੂੰ ਹੋਸ਼ ਆਇਆ ਅਤੇ ਉਹ ਗੱਲਾਂ ਬਾਤਾਂ ਕਰਨ ਲੱਗੀ। ਇੰਨੇ ਨੂੰ ਵੱਡਾ ਡਾਕਟਰ ਅਤੇ ਨਰਸ ਵੀ ਆ ਗਏ। ਡਾਕਟਰ ਨੇ ਮਾਤਾ ਦਾ ਹਾਲ ਚਾਲ ਪੁੱਛਿਆ। ਨਰਸ ਥੋੜ੍ਹੇ ਗੁੱਸੇ ਵਿੱਚ ਬੋਲੀ, ਉਹ ਮਾਤਾ ਕਿਉਂ ਇੰਨੀ ਉਮਰ ਵਿੱਚ ਇਕੱਲੀ ਸ਼ਹਿਰ ਆਉਂਦੀ ਹੈ? ਤੇਰੇ ਘਰ ਕੋਈ ਧੀ ਪੁੱਤ ਪੋਤੇ ਹੈ ਨਹੀਂ ਸਾਂਭਣ ਵਾਲੇ ਤੈਨੂੰ? ਐਵੇਂ ਬਾਹਰ ਤੁਰੀ ਫਿਰਦੀ ਹੈ। ਨਾਲੇ ਆਪਣਾ ਪਿੰਡ ਦੱਸ, ਆਪਣੇ ਘਰੋਂ ਸੱਦ ਕਿਸੇ ਨੂੰ, ਤੇਰੇ ਕੋਲ ਬੈਠੇ, ਤੇਰਾ ਖਿਆਲ ਰੱਖੇ। ਅਸੀਂ ਬਹੁਤ ਸੇਵਾ ਕਰ ਲਈ ਤੇਰੀ, ਸਾਨੂੰ ਹੋਰ ਵੀ ਬਹੁਤ ਕੰਮ ਨੇ। ਨਾਲੇ ਇਹ ਦੱਸ, ਤੇਰੇ ਇਲਾਜ ਦੇ ਪੈਸੇ ਕੌਣ ਜਮ੍ਹਾਂ ਕਰਾਊ? ਡਾਕਟਰ ਨੇ ਨਰਸ ਨੂੰ ਚੁੱਪ ਕਰਵਾਇਆ ਅਤੇ ਮਾਤਾ ਨੂੰ ਥੋੜ੍ਹੇ ਪਿਆਰ ਨਾਲ ਪੁੱਛਿਆ, ਮਾਤਾ ਜੀ, ਤੁਹਾਡਾ ਪੁੱਤ ਜਾਂ ਨੂੰਹ ਹੈ ਕੋਈ ਘਰ ਵਿੱਚ? ਉਹ ਕੀ ਕਰਦੇ ਨੇ? ਇੰਨੇ ਦਿਨ ਹੋ ਗਏ, ਤੇਰੇ ਪਿੱਛੇ ਕੋਈ ਤੇਰੀ ਖਬਰ ਲੈਣ ਕਿਉਂ ਨਹੀਂ ਆਇਆ? ਇੰਨੇ ਨੂੰ ਸਾਹਮਣੇ ਕੰਧ 'ਤੇ ਲੱਗੀ LCD 'ਤੇ ਕਿਸੇ ਡੇਰੇ ਵਿੱਚ ਚੱਲ ਰਹੀ ਸੇਵਾ ਦੀ ਕੋਈ ਪੱਤਰਕਾਰ ਇੰਟਰਵਿਊ ਲੈ ਰਿਹਾ ਸੀ। ਵਾਰ ਵਾਰ ਵੀਡੀਓ ਵਿੱਚ ਦਿਖਾ ਰਿਹਾ ਸੀ, ਆਹ ਦੇਖੋ, ਦੋਵੇਂ ਮੀਆਂ ਬੀਬੀ ਡੇਰੇ ਦੇ ਪੱਕੇ ਭਗਤ ਨੇ। ਇੱਕ ਮਹੀਨੇ ਤੋਂ ਲਗਾਤਾਰ ਨੰਗੇ ਪੈਰ ਸਿਰ 'ਤੇ ਮਿੱਟੀ ਅਤੇ ਪੱਥਰਾਂ ਦੇ ਤਸਲੇ ਢੋ ਰਹੇ ਨੇ। ਬਹੁਤ ਦਿਲ ਤੋਂ ਸੇਵਾ ਕਰ ਰਹੇ ਨੇ, ਇਹ ਰੱਬ ਦਾ ਰੂਪ ਲੱਗਦੇ ਨੇ। ਮਾਤਾ ਨੇ ਕੰਧ 'ਤੇ LCD ਵੱਲ ਹੱਥ ਕਰਕੇ ਕਿਹਾ, ਡਾਕਟਰ ਜੀ, ਉਹ ਸਾਹਮਣੇ ਜੋ ਸੇਵਾ ਕਰ ਰਹੇ ਹੋ ਨਾ, ਉਹ ਮੇਰਾ ਪੁੱਤ ਅਤੇ ਮੇਰੀ ਨੂੰਹ ਨੇ। ਇਹ ਗੱਲ ਸੁਣ ਕੇ ਡਾਕਟਰ ਕਦੇ ਮਾਤਾ ਦੇ ਮੈਲੇ ਅਤੇ ਫਟੇ ਕੱਪੜੇ ਅਤੇ ਜ਼ਖਮੀ ਹੱਥ ਪੈਰ ਦੇਖਦਾ ਅਤੇ ਕਦੇ TV 'ਤੇ ਚੱਲ ਰਹੀ ਡੇਰੇ ਦੀ ਵੀਡੀਓ ਦੇਖਦਾ। ਇੱਕ ਪਾਸੇ ਇੱਕ ਬੰਦਾ ਉਹਨਾਂ ਨੂੰ ਬਹੁਤ ਵੱਡੇ ਸੇਵਾਦਾਰ ਅਤੇ ਰੱਬ ਦਾ ਰੂਪ ਕਹਿ ਰਿਹਾ ਸੀ ਅਤੇ ਦੂਜੇ ਪਾਸੇ ਜੋ ਦੁਨੀਆ ਦਿਖਾਉਣ ਵਾਲਾ ਅਸਲੀ ਰੱਬ ਘਰ ਵਿੱਚ ਮਾਂ ਸੀ, ਉਹਨੂੰ ਕੋਈ ਸ਼ਹਿਰ ਤੱਕ ਦਵਾਈ ਬੂਟੀ ਜਾਂ ਪੈਨਸ਼ਨ ਤੱਕ ਦਿਵਾਉਣ ਨਹੀਂ ਸੀ ਲੈ ਕੇ ਆ ਰਿਹਾ। ਉਹ ਯਾਰੋ, ਦੂਰ ਤੀਰਥਾਂ 'ਤੇ ਜਾ ਕੇ ਲੱਕ ਰਗੜਨ ਨਾਲ ਕੁਝ ਨਹੀਂ ਮਿਲਣਾ। ਜਿਹਦੇ ਘਰ ਵਿੱਚ ਬਜ਼ੁਰਗ ਮਾਤਾ ਪਿਤਾ ਨੇ, ਉਹਨਾਂ ਦੀ ਸੇਵਾ ਕਰੋ, ਚੰਗੀ ਰੋਟੀ ਪਾਣੀ ਦਿਓ, ਰੱਬ ਤੁਹਾਡੇ ਘਰ ਵਿੱਚ ਹੈ। ਰੱਬ ਕਿਸੇ ਮੰਦਰ, ਗੁਰਦੁਆਰੇ ਜਾਂ ਮਸਜਿਦ ਦਾ ਮੁਹਤਾਜ ਨਹੀਂ, ਉਹ ਤੁਹਾਡੇ ਘਰ ਵਿੱਚ ਵੱਸਦਾ ਹੈ, ਤੁਹਾਡੇ ਮਾਂ ਬਾਪ ਦੇ ਰੂਪ ਦੇ ਵਿੱਚ। ਪਤਾ ਨਹੀਂ ਕਿਉਂ ਅੱਜ ਬੁੱਢੇ ਮਾਂ ਬਾਪ ਔਲਾਦ ਲਈ ਬੋਝ ਬਣ ਗਏ ਨੇ। ਜੇ ਦੇਖੀਏ ਤਾਂ ਅਨਾਥ ਆਸ਼ਰਮ ਵਿੱਚ ਬੱਚੇ ਗਰੀਬ ਦੇ ਅਤੇ ਮਾਪੇ ਅਮੀਰ ਦੇ ਮਿਲਦੇ ਨੇ, ਕੋਈ ਸਹਾਰਾ ਨਹੀਂ ਦਿੰਦਾ। ਉਹ ਰੱਬ ਇੱਕ ਮਾਂ ਅਤੇ ਪਿਓ ਆ ਜਿਸਨੇ ਇਹ ਦੋਵੇਂ ਰੱਬਾਂ ਨੂੰ ਖੁਸ਼ ਰੱਖਿਆ, ਫਿਰ ਮਾਲਕ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦਾ। ਕਦੇ ਕਦੇ ਰੱਬ ਵੀ ਉਹ ਕੁਝ ਨਹੀਂ ਦਿੰਦਾ ਜਿਹੜਾ ਕੁਝ ਮਾਂ ਬਾਪ ਦੀ ਸੇਵਾ ਕਰਕੇ ਮਿਲ ਜਾਂਦਾ ਹੈ। ਦੋਸਤੋ, ਕਦੇ ਗਲਤੀ ਨਾਲ ਵੀ ਮਾਂ ਬਾਪ ਦਾ ਦਿਲ ਨਾ ਦੁਖਾਇਓ। ਇਹ ਉਹ ਕੀਮਤੀ ਖਜ਼ਾਨਾ ਹੈ ਜਿਹਦੀ ਵੈਲਿਊ ਅਕਸਰ ਇਸ ਖਜ਼ਾਨੇ ਦੇ ਖੁਸ ਜਾਣ ਤੋਂ ਬਾਅਦ ਪਤਾ ਲੱਗਦੀ ਹੈ, ਬਾਅਦ ਵਿੱਚ ਪਛਤਾਉਣ ਨਾਲੋਂ ਪਹਿਲਾਂ ਹੀ ਇਸ ਖਜ਼ਾਨੇ ਨੂੰ ਸਾਂਭ ਲਓ। ਇਹੀ ਜਿਉਂਦਾ ਜਾਗਦਾ ਰੱਬ ਧਰਤੀ 'ਤੇ ਹੈ, ਜਿਉਂਦੇ ਵਸਦੇ ਰਹੋ। ਸੱਤੇ ਖੈਰਾਂ, ਜ਼ਿੰਦਗੀ ਜ਼ਿੰਦਾਬਾਦ।